ਪੰਡੋਰੀ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇੱਥੇ ਹਮੇਸ਼ਾ ਹੀ ਚੀਮਾ ਪਰਿਵਾਰ ਦਾ ਆਪਣਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਪਰਿਵਾਰ ਦੀ ਸਭ ਤੋਂ ਵੱਡੀ ਖਾਸ ਦੇਣ ਇਸ ਇਲਾਕੇ ਨੂੰ ਇਹ ਆ ਕਿ ਉਸਨੇ ਇਸ ਪਰਿਵਾਰ ਨੇ 4 ਸਰਪੰਚ ਦਿੱਤੇ ਅਤੇ ਫਗਵਾੜਾ ਵਿੱਚ ਬਹੁਤ ਘੱਟ ਪਿੰਡ ਹੋਣਗੇ ਜਿੱਥੇ ਇੱਕ ਪਰਿਵਾਰ ਵੱਲੋਂ ਲਗਾਤਾਰ ਜੋ ਹੈ ਵੱਖ ਵੱਖ ਸਮਿਆਂ 'ਤੇ 4 ਸਰਪੰਚ ਰਹੇ ਹੋਣ। ਸਭ ਤੋਂ ਪਹਿਲਾਂ ਸਰਦਾਰ ਅਮਰ ਸਿੰਘ ਚੀਮਾ ਜੋ ਹੈ ਪੰਡੋਰੀ ਦੇ ਸਰਪੰਚ ਰਹੇ, ਫਿਰ ਇਸੇ ਹੀ ਪਰਿਵਾਰ ਦੇ ਵਿੱਚੋਂ ਸਰਦਾਰ ਹਰਜਿੰਦਰ ਸਿੰਘ ਚੀਮਾ ਜੋ ਕਿ ਲਗਾਤਾਰ ਕਾਫੀ ਸਾਲ ਪਿੰਡ ਦੇ ਸਰਪੰਚ ਰਹੇ, ਉਹਨਾਂ ਦੀ ਸੁਪਤਨੀ ਜੋ ਹੈ ਇਸ ਵੇਲੇ ਮੌਜੂਦਾ ਸਰਪੰਚ ਹੈ ਸਰਦਾਰਨੀ ਸਵਰਨ ਕੌਰ ਜੋ ਕਿ ਇਸ ਵੇਲੇ ਪੰਡੋਰੀ ਦੇ ਸਰਪੰਚ ਨੇ, ਔਰ ਸਰਦਾਰ ਹਰਜਿੰਦਰ ਸਿੰਘ ਚੀਮਾ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਚੀਮਾ ਨੂੰ 2013 ਤੋਂ ਲੈ ਕੇ 18 ਤੱਕ ਪਿੰਡ ਪੰਡੋਰੀ ਦੇ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ। ਜੀ ਹਾਂ, ਮੈਂ ਜਗਜੀਤ ਚਾਨਾ ਅਤੇ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ 'ਤੇ ਸਾਡੀ ਇੱਕ ਵਿਸ਼ੇਸ਼ ਮੁਹਿੰਮ ਜਿਸ ਵਿੱਚ ਅਸੀਂ ਪਿੰਡਾਂ ਦੀਆਂ ਵੱਖ ਵੱਖ ਸ਼ਖਸੀਅਤਾਂ ਨਾਲ ਤੁਹਾਡਾ ਤਾਰੁਫ ਕਰ ਰਹੇ ਹਾਂ। ਅਤੇ ਅੱਜ ਦੇ ਸਾਡੀ ਇਸ ਸੀਰੀਜ਼ ਦੇ ਵਿੱਚ ਨੇ ਸਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਪਾਸਟਾ ਜ਼ੋਨ ਦੇ ਪ੍ਰਧਾਨ ਅਤੇ ਫਗਵਾੜਾ ਦੇ ਬਹੁਤ ਹੀ ਸਿਰਕਟ ਭਾਜਪਾ ਆਗੂ ਮੇਰੇ ਨਾਲ ਨੇ ਅੰਮ੍ਰਿਤਪਾਲ ਸਿੰਘ ਜੀ ਚੀਮਾ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡੇ ਪਰਿਵਾਰ ਦੀ ਕਾਫੀ ਵੱਡੀ ਦੇਣ ਹੈ ਜੇ ਦੇਖਿਆ ਜਾਵੇ ਤਾਂ ਇੱਥੋਂ ਦੀ ਰਾਜਨੀਤੀ ਵਿੱਚ। ਚੀਮਾ ਪਰਿਵਾਰ ਹਮੇਸ਼ਾ ਹਾਵੀ ਰਿਹਾ ਇਸ ਖੇਤਰ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜੀ ਵਿਰਾਸਤ ਤੁਹਾਨੂੰ ਮਿਲੀ ਰਾਜਨੀਤੀ ਦੀ, ਉਹਨੂੰ ਕਿਵੇਂ ਤੁਸੀਂ ਲਿਆ ਔਰ ਉਹਨਾਂ ਤੋਂ ਕੀ ਪ੍ਰੇਰਨਾ ਲਈ? ਦੇਖੋ ਜੀ, ਪਹਿਲਾਂ ਤਾਂ ਹੈਡਲਾਈਨ ਚਾਨਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਗ੍ਰਹਿ ਵਿਖੇ ਆਉਣ ਦਾ। ਬਾਕੀ ਗੱਲ ਰਹੀ ਵੀ ਜਿੱਦਾਂ ਇਹ ਮੈਨੂੰ ਪਿੱਛੋਂ ਪਿਛੋਕੜ 'ਚੋਂ ਹੀ ਵੀ ਇਹ ਪਿਛੋਕੜ 'ਚੋਂ ਮਿਲਿਆ ਵੀ ਲੋਕਾਂ ਦੀ ਸੇਵਾ, ਜਿੱਦਾਂ ਪਹਿਲਾਂ ਮੇਰੇ ਫਾਦਰ ਸਾਹਿਬ 15 ਸਾਲ ਸਰਪੰਚੀ ਕੀਤੀ ਹੈ, ਇਸ ਤੋਂ ਪਹਿਲਾਂ ਸਾਡੇ ਸਵਰਗਵਾਸੀ ਚਾਚਾ ਜੀ ਗੁਰਟੇਕ ਸਿੰਘ ਜੀ ਸਾਡੇ ਜਿੱਦਾਂ ਦਾਦਾ ਜੀ ਲੱਗਦੇ ਸੀ ਅਮਰ ਸਿੰਘ ਜੀ, ਉਹ ਵੀ ਸਰਪੰਚ ਰਹੇ ਆ। ਉਸ ਤੋਂ ਬਾਅਦ ਮੈਨੂੰ ਲੋਕਾਂ ਨੇ ਸਰਬਸੰਮਤੀ ਨਾਲ ਸੇਵਾ ਦਾ ਮੌਕਾ ਦਿੱਤਾ, 5 ਸਾਲ ਮੈਂ ਜੀ ਰਿਹਾ ਸਰਪੰਚ। ਉਸ ਤੋਂ ਬਾਅਦ ਜਿੱਦਾਂ ਮੈਂ ਇੱਥੇ ਹੈ ਵੀ ਨਹੀਂ ਸੀ ਜਦੋਂ ਆ ਪਿਛਲੀ ਇਲੈਕਸ਼ਨ ਹੋਈ ਆ ਆਪਣੀ ਸਰਪੰਚੀ ਦੀ, ਉਸ ਟਾਈਮ ਮੈਂ ਆਪਣੀ ਬੇਟੀ ਕੋਲ ਕਨੇਡਾ ਗਿਆ ਸੀ ਜੀ, ਅਤੇ ਫਿਰ ਵੀ ਲੋਕਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਵੀ ਮੈਂ ਕਿਹਾ ਵੀ ਤੁਸੀਂ ਜਿਹਨੂੰ ਮਰਜ਼ੀ ਸਰਪੰਚ ਪਿੰਡ ਦਾ ਬਣਾ ਲਓ। ਪਰ ਉਹਨਾਂ ਮੈਂ ਉਹਨਾਂ ਸਾਰੇ ਮੇਰੇ ਵੀਰਾਂ ਦਾ, ਲੋਕਾਂ ਦਾ, ਸਾਰਿਆਂ ਦਾ, ਚਾਚੇ ਤਾਏ ਆ ਸਾਰਿਆਂ ਦਾ ਧੰਨਵਾਦ ਕਰਦਾ ਵੀ ਮੈਨੂੰ ਉਹਨਾਂ ਨੇ ਉੱਥੇ ਕਨੇਡਾ 'ਚ ਬੈਠੇ ਨੂੰ ਵੀ ਮੇਰੀ ਮਾਤਾ ਨੂੰ ਮਗਰ ਸਰਪੰਚ ਬਣਾਇਆ। ਕੀ ਗੱਲ ਆ ਅੰਮ੍ਰਿਤਪਾਲ ਜੀ, ਕੋਈ ਖਾਸ ਗੱਲ ਤਾਂ ਹੈ ਵੀ ਤੁਹਾਡੀ ਫੈਮਿਲੀ ਦੇ ਵਿੱਚੋਂ ਸਰਪੰਚ ਬਣਦਾ ਔਰ ਬਹੁਤੀ ਵਾਰ ਉਹ ਸਰਬਸੰਮਤੀ ਨਾਲ ਬਣਿਆ? ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਵੀ ਤੁਹਾਨੂੰ ਸਰਬਸੰਮਤੀ ਨਾਲ। ਅੱਜ ਕੱਲ੍ਹ ਤਾਂ ਸਰਪੰਚੀ ਦੇ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਸਰਪੰਚ ਬਣਨਾ, ਪਰ ਸਾਰਾ ਪਿੰਡ ਇਕੱਠਾ ਹੋ ਕੇ ਤੁਹਾਨੂੰ ਸਰਬਸੰਮਤੀ ਤੁਹਾਡੇ ਨਾਂ 'ਤੇ ਕਰਤਾ? ਨਹੀਂ ਚਾਨਾ ਸਾਹਿਬ, ਇਹਦੇ ਵਿੱਚ ਦੇਖੋ ਜੀ, ਇਹ ਤਾਂ ਲੋਕਾਂ ਦੀ ਆਪਣੀ ਭਾਵਨਾ ਆ। ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹਾਂ, ਇਹ ਨਹੀਂ ਕਿ ਸਰਪੰਚ ਬਣ ਕੇ ਅਤੇ ਬਹਿ ਗਏ ਆਪਣੇ ਘਰ ਅਤੇ ਬਾਹਰ ਲੋਕ ਬੈਠੇ ਆ ਕਿਸੇ ਦੀ ਗੱਲ ਨਾ ਸੁਣੋ ਜੀ। ਮੈਂ ਜਿੱਦਾਂ ਸਰਪੰਚ ਪਿਛਲੇ 5 ਸਾਲ ਰਿਹਾ ਹਾਂ, ਇਹ ਤੁਸੀਂ ਮੇਰੇ ਪਿੰਡ ਦੇ ਲੋਕ ਵੀ ਦੱਸ ਸਕਦੇ ਆ, ਕੋਈ ਵੀ ਕੰਮ ਕਿਤੇ ਪੈਂਦਾ ਆ ਜੇ ਪਿੰਡ ਦਾ ਆ ਜਾਂ ਉਹਨਾਂ ਦਾ ਆਪਣਾ ਆ, ਆਪਾਂ ਹਰ ਟਾਈਮ ਅੱਧੀ ਰਾਤ ਨੂੰ ਵੀ ਤਿਆਰ ਹਾਂ ਮੈਂ ਉਹਨਾਂ ਦੇ। ਇਹ ਜਿੱਦਾਂ ਜਿੱਦਾਂ ਲੋਕਾਂ ਦੀਆਂ ਭਾਵਨਾ ਜਿੱਦਾਂ ਮੈਂ ਜੁੜਿਆ ਆ,
ਲੋਕਾਂ ਲਈ ਕੰਮ ਕੀਤਾ ਤੇ ਤਾਂ ਹੀ ਉਹਨਾਂ ਨੇ ਮੈਨੂੰ ਬੈਠੇ ਨੂੰ ਫਿਰ ਦੁਬਾਰਾ ਵੀ ਮਾਤਾ ਨੂੰ ਸਰਪੰਚ ਬਣਾਇਆ। ਅੱਛਾ, ਸੋਮ ਪ੍ਰਕਾਸ਼ ਜੀ ਕਾਫੀ ਵੱਡਾ ਉਹਨਾਂ ਦਾ ਕੱਦ ਬਣ ਗਿਆ, MLA ਰਹੇ, ਮੈਂਬਰ ਪਾਰਲੀਮੈਂਟ ਰਹੇ, ਕੇਂਦਰੀ ਰਾਜ ਮੰਤਰੀ ਰਹੇ, ਤੁਸੀਂ ਬਹੁਤ ਗੁੱਡ ਬੁੱਕ ਵਿੱਚ ਉਹਨਾਂ ਦੀ। ਔਰ ਇਸੇ ਲਈ ਜਦੋਂ ਫਗਵਾੜਾ ਦੇ ਵਿੱਚ ਔਰਗਨਾਈਜੇਸ਼ਨ ਸਟਰਕਚਰ ਦੀ ਗੱਲ ਹੋਈ ਤਾਂ ਤੁਹਾਨੂੰ 5 ਜ਼ੋਨ ਦਿੱਤਾ ਗਿਆ ਜਿਹਦੇ ਵਿੱਚ 64 ਪਿੰਡ ਆ, ਇਹ ਜਿਹੜੀ ਐਡੀ ਵੱਡੀ ਜ਼ਿੰਮੇਵਾਰੀ, ਇਹਨੂੰ ਕਿਵੇਂ ਲੈਂਦੇ ਹੋ ਤੁਸੀਂ? ਬਈ ਮੈਂ ਇਸ ਜ਼ਿੰਮੇਵਾਰੀ ਨੂੰ ਆਪਣੇ ਆਪ ਨੂੰ ਇਸ ਲਾਇਕ ਨਹੀਂ ਸੀ ਸਮਝਦਾ, ਪਰ ਉਹਨਾਂ ਨੇ ਪਤਾ ਨਹੀਂ ਮੇਰੇ 'ਤੇ ਕੀ ਭਰੋਸਾ ਕੀਤਾ। 5-6 ਸਾਲ ਪਹਿਲਾਂ ਜਦੋਂ ਮੈਂ ਤੁਹਾਨੂੰ ਦੱਸਦਾ ਜੀ, 5-6 ਸਾਲ ਪਹਿਲਾਂ ਸਰਪੰਚ ਬਣਿਆ ਅਤੇ ਮੈਂ BJP ਜਦੋਂ ਜੁਆਇਨ ਕੀਤੀ ਆ ਅਤੇ 6 ਪਿੰਡ ਲੈ ਕੇ ਮੈਂ BJP ਜੁਆਇਨ ਕੀਤੀ ਜੀ, ਅਤੇ ਇਹ ਤਾਂ ਹੁਣ ਸੋਮ ਪ੍ਰਕਾਸ਼ ਜੀ ਦੱਸ ਸਕਦੇ ਆ ਵੀ ਉਹਨਾਂ ਨੇ ਮੇਰੇ ਵਿੱਚ ਕੀ ਦੇਖਿਆ ਵੀ 64 ਪਿੰਡਾਂ ਦਾ ਪ੍ਰਧਾਨ ਬਣਾ ਦਿੱਤਾ ਆ, ਇਹ ਤਾਂ ਹੁਣ ਉਹ ਦੱਸ ਸਕਦੇ ਆ ਵੀ ਉਹਨਾਂ ਨੇ ਕੀ ਦੇਖਿਆ, ਕਿਹੜੀ ਚੀਜ਼ ਦੇਖੀ ਆ। ਅੱਛਾ, ਮੋਦੀ ਸਰਕਾਰ ਜਿਹੜੀ ਆ ਉਹਨੇ 5 ਪੂਰੇ ਕੀਤੇ, 5 ਫਿਰ ਉਹਨੂੰ ਮਿਲ ਗਿਆ। ਇਸ ਵੇਲੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਪੰਜਾਬ 'ਤੇ ਕੌਨਸਨਟ੍ਰੇਟ ਕਰ ਰਹੀ ਆ ਉਹ, ਅਤੇ ਜੇ ਮੈਂਬਰਸ਼ਿਪ ਮੁਹਿੰਮ ਦੀ ਗੱਲ ਕਰੀਏ ਤਾਂ ਕੀ ਤੁਹਾਡਾ ਪਲੈਨ ਆ? ਤੁਸੀਂ ਪ੍ਰੈਜੀਡੈਂਟ ਹੋ ਹੁਣ ਇਸ ਵੇਲੇ ਬਹੁਤ ਵੱਡੇ ਜ਼ੋਨ ਦੇ, ਅਤੇ ਕੀ ਇਸ ਵੇਲੇ ਕੰਮ ਚੱਲ ਰਿਹਾ ਮੈਂਬਰਸ਼ਿਪ 'ਤੇ ਪਿੰਡਾਂ ਦੇ ਵਿੱਚ? ਦੇਖੋ ਜੀ, ਮੋਦੀ ਸਰਕਾਰ ਨੇ 5 ਪਿੱਛੇ ਕੰਮ ਕੀਤਾ ਸੀ ਅਤੇ ਲੋਕਾਂ ਨੇ ਦੁਬਾਰਾ ਉਹਨਾਂ ਨੂੰ ਫਿਰ ਮੌਕਾ ਦਿੱਤਾ ਜੀ। ਜੇ ਕੋਈ ਕੰਮ, ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹਿ ਗਈਆਂ ਵੀ ਜਿਹੜਾ ਨੇਤਾ ਕੰਮ ਕਰਦਾ ਆ ਲੋਕ ਉਹਦੇ ਮਗਰ ਆ, ਜਿਹੜਾ ਨਹੀਂ ਕੰਮ ਕਰਦਾ ਨਹੀਂ ਉਹਦੇ ਮਗਰ। ਪਾਰਟੀ ਬਾਜੀ ਲੋਕ ਛੱਡ ਕੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਨਾਲ ਜੁੜਦਾ, ਉਹਦੇ ਨਾਲ ਜੁੜਦਾ, ਬਿਲਕੁਲ। ਅਤੇ ਮੋਦੀ ਕਾਫੀ ਵੱਡੀ ਨੇਰੀ ਸੀ ਜਦੋਂ ਵਿਧਾਨ ਸਭਾ ਇਲੈਕਸ਼ਨ ਹੋਈ, ਸਿਰਫ 3 ਭਾਜਪਾ ਦੇ ਜਿਹੜੇ ਆ ਉਹ ਵਿਧਾਨ ਘਰ ਜਿੱਤੇ, ਉਹਨਾਂ ਵਿੱਚੋਂ ਸੋਮ ਪ੍ਰਕਾਸ਼ ਵੀ ਸੀ। ਤੁਹਾਨੂੰ ਕੀ ਲੱਗਦਾ ਉਹ ਉਸ ਵੇਲੇ ਮੋਦੀ ਸਰਕਾਰ ਦੀ ਸੀ ਜਾਂ ਸੋਮ ਪ੍ਰਕਾਸ਼ ਉਹਨਾਂ ਦੇ ਕੰਮ ਵੀ ਬੋਲੇ ਫਗਵਾੜਾ ਵਿੱਚ? ਦੇਖੋ ਜੀ, ਮੋਦੀ ਸਰਕਾਰ ਤਾਂ ਚਲੋ ਸੈਂਟਰ 'ਚ ਆ ਗਏ ਜੀ, ਬਾਕੀ ਜਿਹੜੇ ਕੰਮਾਂ ਦੀ ਗੱਲ ਕਰੀਏ ਉਹ ਸੋਮ ਪ੍ਰਕਾਸ਼ ਦੇ ਜਿਹੜੇ ਕੀਤੇ ਕੰਮਾਂ ਨੇ ਸੋਮ ਪ੍ਰਕਾਸ਼ ਨੂੰ ਜਿਤਾਇਆ ਜੀ, ਆਮ ਜਨਤਾ ਨੇ ਉਹਨਾਂ ਨੂੰ ਵੋਟਾਂ ਪਾਈਆਂ। ਕੀ ਰਾਜ ਮੰਤਰੀ ਬਣ ਗਏ ਨੇ ਸੋਮ ਪ੍ਰਕਾਸ਼ ਜੀ, ਔਰ ਉੱਥੇ ਜ਼ਿਆਦਾ ਵਿਅਸਤ ਰਹਿਣਗੇ ਦਿੱਲੀ ਦੇ ਵਿੱਚ, ਔਰ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਵਿਧਾਨ ਸਭਾ ਤੋਂ, ਅਤੇ ਹੁਣ ਜ਼ਿਮਨੀ ਇਲੈਕਸ਼ਨ ਹੈਗੀ ਆ, ਅਨੀਤਾ ਸੋਮ ਪ੍ਰਕਾਸ਼ ਉਹਨਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਪਤੀ ਦੀ ਗੈਰਹਾਜ਼ਰੀ ਵਿੱਚ ਉਹੀ ਸਾਰਿਆਂ ਨੂੰ ਮਿਲ ਰਿਹਾ, ਹੁਣ ਪਿੰਡਾਂ ਦੇ ਵਿੱਚ ਜਾ ਰਹੇ ਨੇ, ਕਿਵੇਂ ਲੈਂਦੇ ਹੋ ਤੁਸੀਂ ਉਹਨਾਂ ਨੂੰ? ਦੇਖੋ ਜੀ, ਜਿੱਥੋਂ ਤੱਕ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਗੱਲ ਆ, ਉਹ ਮੈਂ ਤਾਂ ਸਮਝਦਾ ਹਾਂ ਵੀ ਉਹ ਸੋਮ ਪ੍ਰਕਾਸ਼ ਜੀ ਤੋਂ ਵੀ ਜ਼ਿਆਦਾ ਕੰਮ ਉਹ ਪਿੰਡਾਂ 'ਚ ਸ਼ਹਿਰਾਂ 'ਚ ਕੋਈ ਵੀ ਮਤਲਬ ਉਹਨਾਂ ਕੋਲ ਚੱਲ ਜਾਂਦਾ ਆ, ਬਕਾਇਦਾ ਉਹਨਾਂ ਦੀ ਗੱਲ ਸੁਣਦੇ ਆ, ਹਰ ਵਰਗ ਨਾਲ ਜੁੜੇ ਹੋਏ ਆ ਜੀ ਉਹ। ਮੈਂ ਤਾਂ ਇਹ ਕਹਾਂਗਾ ਵੀ ਜਿਹੜੀ ਅਨੀਤਾ ਸੋਮ ਪ੍ਰਕਾਸ਼ ਜੀ ਨੇ, ਜੇ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਨਾ, ਤੇ ਬੜੀ ਸ਼ਾਨ ਨਾਲ ਜਿੱਤਣਗੇ, ਬੜੀ ਸ਼ਾਨ ਨਾਲ। ਪਰ ਜੇ ਜੋਗਿੰਦਰ ਸਿੰਘ ਮਾਨ ਉਹਨਾਂ ਦੇ ਮੁਕਾਬਲੇ ਖੜਦੇ ਆ, ਮਾਨ ਵੀ ਬਹੁਤ ਕੱਦਵਾਰ ਲੀਡਰ ਆ, ਤੁਹਾਨੂੰ ਲੱਗਦਾ ਸੀਟ ਕੱਢ ਲੂ ਭਾਜਪਾ ਫਿਰ? ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਵੀ ਭਾਜਪਾ ਜ਼ਰੂਰ ਸੀਟ ਕੱਢੇਗੀ, ਜ਼ਰੂਰ ਸੀਟ ਫਗਵਾੜੇ ਦੀ, ਬਿਲਕੁਲ ਜੀ, ਅਵਸ਼ ਅਤੇ ਅਸੀਂ ਪਿੰਡਾਂ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਜੀ, ਪਰਸੋਂ ਹੀ ਦੀ ਗੱਲ ਆ, ਅਜੇ 5-6 ਪਿੰਡ ਅਸੀਂ ਕੱਢ ਕੇ ਆਏ ਹਾਂ, ਬਹੁਤ ਤਕੜਾ ਹੰਗਾਰਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਲੋਕਾਂ ਨੇ ਦਿੱਤਾ ਜੀ। ਬਈ ਉਹ ਤਾਂ ਹੀ ਦੇ ਰਹੇ ਆ ਵੀ ਜੇ ਉਹ ਲੋਕਾਂ ਦੀ ਗੱਲ ਸੁਣਦੇ ਆ, ਠੀਕ ਆ ਜੀ। ਜੇ ਹੁਣ ਲੋਕਲ ਲੀਡਰ ਜੇ ਲੋਕਾਂ ਦੀ ਗੱਲ ਨਹੀਂ ਸੁਣੂਗਾ ਤੇ
ਉਹਨਾਂ ਦੇ ਮਗਰ ਲੋਕ ਕਿੱਦਾਂ ਜਾਣਗੇ? ਜੇ ਕੋਈ ਕੰਮ ਕਰੂ, ਕੈਨੇਡਾ ਵਿੱਚ ਜਾ ਚੁੱਕੇ ਹੋ, ਸਿੰਗਾਪੁਰ, ਹਾਂਗਕਾਂਗ, ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਤੁਸੀਂ ਜਾ ਚੁੱਕੇ ਹੋ, ਕੀ ਫਰਕ ਮਹਿਸੂਸ ਕਰਦੇ ਹੋ ਇੱਥੇ ਆ ਕੇ? ਜਿਹੜਾ ਤੁਹਾਡਾ ਵਿਜ਼ਨ ਉੱਥੋਂ ਦਾ ਤੁਸੀਂ ਦੇਖਿਆ, ਇਸ ਆਪਣੇ ਖੇਤਰ ਵਿੱਚ ਕਿੱਦਾਂ ਉਹਨੂੰ ਅਪਲਾਈ ਕਰਨਾ ਚਾਹੁੰਦੇ ਹੋ? ਦੇਖੋ ਜੀ, ਸਾਡੀਆਂ ਬਾਹਰਲੀਆਂ ਕੰਟਰੀਆਂ ਦਾ ਫਰਕ ਤਾਂ ਬਹੁਤ ਆ ਜੀ। ਚਾਨਾ ਸਾਹਿਬ ਤੁਸੀਂ ਵੀ ਜਾਂਦੇ ਰਹੇ ਆ, ਮੈਂ ਹੁਣ ਇੰਗਲੈਂਡ ਵੀ, ਕੈਨੇਡਾ ਵੀ, ਸਿੰਗਾਪੁਰ, ਮਲੇਸ਼ੀਆ ਜੀ, ਪਰ ਹੌਲੀ ਹੌਲੀ ਸਾਡੀ ਕੰਟਰੀ ਵੀ ਉਹਨਾਂ ਕੰਟਰੀਆਂ ਵਾਂਗੂ ਅਪ ਹੋ ਰਹੀ, ਮਤਲਬ ਡਿਵੈਲਪਡ ਕੰਟਰੀ ਦੀ ਵਿੱਚ ਬਣ ਰਿਹਾ, ਕਾਫੀ ਡਿਵੈਲਪ ਹੋ ਰਹੀ ਹੈ। ਤੇ ਜਿਹੜਾ ਪਿਛਲੇ 5 ਸਾਲ ਮੋਦੀ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ, ਤੇ ਬਾਕੀ ਹੌਲੀ ਹੌਲੀ ਜੇ ਇੱਦਾਂ ਹੀ ਚੰਗੇ ਲੀਡਰ ਆਉਣਗੇ ਤੇ ਆਪੇ ਹੀ ਵਧੀਆ ਹੋਊ। ਬਤੌਰ ਸਰਪੰਚ ਜਿਹੜੇ ਖਾਸ ਤੌਰ ਤੇ, ਜਾਂ ਹੁਣ ਤੁਹਾਡੇ ਮਦਰ ਸਰਪੰਚ ਆ, ਪਿੰਡ ਦੇ ਕਿਹੜੇ ਕਿਹੜੇ ਵਿਕਾਸ ਕਾਰਜ ਤੁਸੀਂ ਕੀਤੇ? ਦੇਖੋ ਜੀ, ਜਦੋਂ ਪਹਿਲਾਂ ਮੈਨੂੰ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ, ਸਾਰਿਆਂ ਨੇ ਪਹਿਲਾਂ ਤਾਂ ਮੈਂ ਸ਼ੁਰੂਆਤ ਜੀ ਦੋਨਾਂ ਸਕੂਲਾਂ ਤੋਂ ਕੀਤੀ। ਅੱਛਾ ਜੀ। ਮੈਂ ਦੇਖਿਆ ਵੀ ਦੋਨਾਂ ਸਕੂਲਾਂ ਦੇ ਵਿੱਚ ਆਪਣੇ ਪਾਣੀ ਪੀਣ ਲਈ ਵਾਟਰ ਕੂਲਰ, ਐਰੋ ਸਿਸਟਮ ਦੋਨਾਂ ਸਕੂਲਾਂ 'ਚ ਲਵਾਇਆ ਜੀ। ਉਸ ਤੋਂ ਬਾਅਦ ਸਾਡਾ ਫਿਰਨੀ ਦੀ ਬੜੀ ਮਾੜੀ ਹਾਲਤ ਸੀ ਜੀ। ਉਸੇ ਟਾਈਮ 5-6 ਮਹੀਨਿਆਂ ਦੇ ਵਿੱਚ ਬਾਹਰਲੀ ਫਿਰਨੀ ਐਨ ਨਵੀਂ ਬਣਵਾਈ ਜੀ। ਉਦੋਂ ਬਾਅਦ ਆ ਗਈ ਜੀ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਹਾਂ ਆਪਾਂ ਜੀ। ਮੈਂ ਦੇਖਿਆ ਜੀ ਵੀ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਜਿਉਂ ਦੇ ਦੇਸ਼ ਨੂੰ ਆਜ਼ਾਦੀ ਮਿਲੀ ਆ ਸਾਡੇ ਨੂੰ, ਇਹ ਗਲੀਆਂ ਨਾਲੀਆਂ 'ਚ ਵੜੇ ਆ ਜੀ। ਹਾਂ ਬਿਲਕੁਲ, ਉਹੀ ਹੁੰਦਾ ਵੀ ਪਾਣੀ ਸੀਵਰੇਜ ਦੀ ਸਮੱਸਿਆ ਪਿੰਡ ਵਿੱਚ, ਜਾਂ ਗੰਦੇ ਪਾਣੀ ਦਾ ਨਿਕਾਸ ਦੀ ਸਮੱਸਿਆ। ਅਤੇ ਇਹ ਤੁਹਾਨੂੰ ਮੈਂ ਦੱਸਦਾ ਜੀ, ਇਹ ਸਾਡੀ ਉਮਰ, ਸਾਰੀ ਉਮਰ ਲੰਘ ਚੱਲੀ ਆ ਜੀ ਮੈਨੂੰ ਵੀ ਇੱਥੇ, ਇਹ ਸਾਡੀਆਂ ਨਾਲੀਆਂ ਹੀ ਨਹੀਂ ਮੁੱਕਦੀਆਂ ਜੀ। ਉਹ ਸਰਪੰਚ ਆਉਂਦਾ ਨਾਲੀ ਬਣਾ ਲੈਂਦਾ ਜੀ, ਫਿਰ ਦੂਜਾ ਆ ਜਾਂਦਾ, ਫਿਰ ਤੀਜਾ, ਸਾਡੀ ਉਮਰ ਇਹੋ ਹੀ ਕੰਮ ਚੱਲੀ ਜਾਂਦਾ ਜੀ। ਅਤੇ ਮੈਨੂੰ ਇਸ ਵਿੱਚ ਜਿੱਦਾਂ ਮੇਰੀ ਪਹਿਲਾਂ ਬੜੀ ਜਿੱਦਾਂ ਸੋਚਿਆ ਸੀ, ਜੇ ਕਿਤੇ ਪਿੰਡ ਨੇ ਮੌਕਾ ਦਿੱਤਾ ਤਾਂ ਮੈਂ ਜਿਹੜੀ ਇਹ ਪਿੰਡ ਦੀ ਗੰਦਗੀ ਆ ਨਾ, ਉਹਨੂੰ ਦੂਰ ਕਰੂੰਗਾ, ਇਹਨੂੰ ਸਾਰਿਆਂ ਨਾਲ ਪਹਿਲਾਂ ਤਾਂ ਮੈਂ ਨਾਲੀਆਂ ਬੰਦ ਕਰਨੀਆਂ ਜੀ। ਅਤੇ ਮੈਂ ਉਹੀ ਕੰਮ ਕੀਤਾ ਆ ਜੀ ਜੀ। ਅੱਜ ਮੇਰੇ ਪਿੰਡ 'ਚ ਆ ਜਾਓ, 85% ਸੀਵਰੇਜ ਆ ਜੀ, 15% ਨਾਲੀਆਂ ਸਾਡੀਆਂ ਬੱਚੀਆਂ, ਉਹ ਵੀ ਨੀਚ ਮੈਂ ਰਹਿਣ ਦੇਣੀ ਆ, ਕੁਛ ਰਹਿ ਗਈ ਆ ਉਹ ਵੀ ਹੁਣ ਦੁਬਾਰਾ ਮੌਕਾ ਦਿੱਤਾ ਪਿੰਡ ਵਾਲਿਆਂ ਨੇ, ਇਹ ਵੀ ਪੂਰਾ ਕਰਾਂਗੇ। ਬਾਕੀ ਸਟਰੀਟ ਲਾਈਟਾਂ ਲਵਾਈਆਂ ਆ ਪਿੰਡ 'ਚ, ਕੋਈ ਨਹੀਂ ਸੀ, ਉਹ ਵੀ ਹਜੇ ਘੱਟ ਆ, ਹੋਰ ਲਵਾਵਾਂਗੇ। ਬਾਕੀ ਬੈਂਚ ਆ ਪਿੰਡ ਦੇ ਵਿੱਚ ਰੱਖੇ ਆ ਜੀ, ਅਤੇ ਲੋਕਾਂ ਦੇ ਬਹਿਣ ਨੂੰ ਸਹੂਲਤਾਂ ਲਈ, ਅਤੇ ਹੋਰ ਵੀ ਬੜਾ ਕੁਛ ਆ, ਹਜੇ ਕਰਾਂਗੇ ਕਾਫੀ ਗੱਲ। ਸਤਪਾਲ ਸਿੰਘ ਚੀਮਾ ਸਰਪੰਚ ਨੇ, ਉਹਨਾਂ ਦੇ ਮਦਰ ਔਰ ਆਪ ਵੀ ਸਰਪੰਚ ਰਹੇ ਪਡੋਰੀ ਦੇ, ਔਰ ਖਾਸ ਤੌਰ 'ਤੇ ਇਹ ਹੈ ਕਿ ਭਾਰਤੀ ਜਨਤਾ ਪਾਰਟੀ 65 ਜ਼ੋਨ ਜਿਹਦੇ ਵਿੱਚ 64 ਪਿੰਡਾਂ ਦੇ ਨੇ, ਉਹਨਾਂ ਦੀ ਅਗਵਾਈ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੱਥੇ ਮੈਂਬਰਸ਼ਿਪ ਕੰਪੇਨ ਚਲਾਈ ਜਾਏਗੀ ਬਹੁਤ ਵੱਡੇ ਪੱਧਰ ਦੇ, ਉੱਥੇ ਨਾਲ ਹੀ ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਵੀ ਉਹਨਾਂ ਨੇ ਮੰਗ ਕੀਤੀ ਸਰਕਾਰ ਤੋਂ, ਔਰ ਖਾਸ ਤੌਰ 'ਤੇ ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਕਿ ਉਹਨਾਂ ਨੂੰ ਫਗਵਾੜਾ ਦੀ ਜ਼ਿਮਨੀ ਚੋਣ ਜਿਹੜੀ ਹੋ ਰਹੀ ਆ ਉਹਦੇ ਵਿੱਚ ਭਾਜਪਾ ਦੀ ਟਿਕਟ ਦਿੱਤੀ ਜਾਵੇ। ਅੰਮ੍ਰਿਤਪਾਲ ਜੀ, ਤੁਸੀਂ ਸਾਡੇ ਨਾਲ ਗੱਲਬਾਤ 'ਤੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।